ਸਤਿਕਾਲ ਜੀ ਸਾਰਿਆਂ ਨੂੰ। ਇਸ ਵਕਤ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਿਹਾ ਕਿ ਕੱਲ ਨੂੰ ਕੌਮੀ ਇਨਸਾਫ ਮੋਰਚਾ ਦਾ ਰੂਟ ਜਿਹੜਾ ਤਿਆਰ ਹੋ ਚੁੱਕਿਆ, ਕਿੱਧਰੋਂ ਜਾਣਾ, ਚੰਡੀਗੜ੍ਹ ਦੇ ਨਾਲ ਹੁੰਦਿਆਂ ਹੁੰਦੇ ਮੋਹਾਲੀ ਦੇ ਵਿੱਚ ਐਂਟਰ ਹੋ ਜਾਣਾ। ਤਾਂ ਇਹ ਤਕਰੀਬਨ 7-8 ਕਿਲੋਮੀਟਰ ਦਾ ਰੂਟ ਤਿਆਰ ਹੋਇਆ। ਤਾਂ ਜਿੰਨੀ ਵੀ ਸੰਗਤ ਕਹਿੰਦੇ ਆ ਰਹੀ ਹੈ ਉਹਨਾਂ ਨੂੰ ਇਹ ਰੂਟ ਮੈਪ ਸਮਝਾਉਣਾ। ਤਾਂ ਸਾਡੇ ਨਾਲ ਗੁਰਸ਼ਰਨ ਸਿੰਘ ਧਾਲੀਵਾਲ ਨੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਰੂਟ ਮੈਪ ਹੈਗਾ ਇਸ ਦੇ ਵਿੱਚ ਕਿਵੇਂ ਸੰਗਤ ਨੂੰ ਜਿਹੜਾ ਸਾਰੀ ਚੀਜ਼ ਨਾਲ ਦੇਖਿਆ ਜਾਏਗਾ। ਧਾਲੀਵਾਲ ਸਾਹਿਬ, ਇਹ ਰੂਟ ਮੈਪ ਤਿਆਰ ਕੀਤਾ ਗਿਆ, ਕੀ ਟਾਈਮਿੰਗ ਹੈ, ਸੰਗਤ ਕਿਵੇਂ ਪਹੁੰਚੇਗੀ, ਤਾਂ ਇਸ ਰੂਟ ਮੈਪ ਦੇ ਹਿਸਾਬ ਨਾਲ ਕਿਵੇਂ ਚੱਲਣਾ? ਦੇਖੋ ਸਰ, ਇਹਦੇ 'ਚ ਜਿਹੜਾ ਸਵੇਰੇ 10 ਵਜੇ ਦੀ ਕਾਲ ਹੈ, ਸੰਗਤ ਨੂੰ ਕਾਲ ਕੀਤੀ ਗਈ ਕਿ 10 ਵਜੇ ਤੁਸੀਂ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣਾ ਜੀ, ਅਤੇ ਸ਼ੁਰੂ ਹੋਊਗਾ YPS ਚੌਂਕ ਤੋਂ, ਜਿਹੜਾ 2x2 ਜਿਹੜਾ 3x2 ਹੈ ਔਰ 7 ਫੇਸ ਦੀਆਂ ਲਾਈਟਾਂ ਨੇ ਉੱਥੋਂ ਉੱਧਰ ਨੂੰ ਸ਼ੁਰੂ ਹੋਊਗਾ ਜੀ। ਉੱਥੋਂ ਸ਼ੁਰੂ ਹੋ ਕੇ ਆਪਾਂ ਚੰਡੀਗੜ੍ਹ ਨੂੰ ਜਿਹੜਾ ਫਸਟ ਰਾਈਟ ਹੈ ਉੱਥੋਂ ਚੰਡੀਗੜ੍ਹ ਵੱਲ ਮੁੜਨਾ ਹੈ, ਅਤੇ 51-52 ਦੇ ਚੌਂਕ ਤੋਂ ਅਸੀਂ ਲੈਫਟ ਲੈ ਕੇ 2 ਫੇਸ ਦਾ ਜਿਹੜਾ ਪੈਟਰੋਲ ਪੰਪ ਹੈ ਉੱਥੋਂ ਤੱਕ ਪਹੁੰਚਣਾ, ਉੱਥੋਂ ਫਿਰ ਲੈਫਟ ਲੈ ਲੈਣਾ। ਉਹ ਲੈਫਟ ਲੈ ਕੇ ਮਦਨਪੁਰ ਚੌਂਕ ਜਿਹੜਾ ਉਹਨੂੰ ਕ੍ਰੋਸ ਕਰਦੇ ਹੋਏ ਏਅਰਪੋਰਟ ਰੋਡ ਪਹੁੰਚਣਾ, ਔਰ ਏਅਰਪੋਰਟ ਰੋਡ ਤੋਂ ਲੈਫਟ ਲੈ ਕੇ ਸੋਹਾਣਾ ਸਾਹਿਬ ਪਹੁੰਚਣਾ ਜੀ। ਸੋਹਾਣਾ ਸਾਹਿਬ ਤੋਂ ਬਾਅਦ ਲੈਫਟ ਲੈ ਕੇ ਸਿੱਧਾ ਇੱਥੇ ਆਪਣੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਜਾਣਾ। ਸੋ ਇਹ ਜਿਹੜਾ ਰੂਟ ਹੈ ਇਹ ਤਕਰੀਬਨ 7-8 ਕਿਲੋਮੀਟਰ ਦਾ ਹੈਗਾ। ਸੋ ਇਹਨੂੰ ਜੋ ਫਾਈਨਲ ਕੀਤਾ ਗਿਆ, ਇਹ ਅਪੀਲ ਅਸੀਂ ਨਾਲ ਦੀ ਨਾਲ ਰੂਟ ਦੱਸਦੇ ਹੋਏ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਥੇਦਾਰ ਦੇ ਜਿਹੜੇ ਬੋਲ ਨੇ ਉਹਨਾਂ 'ਤੇ ਜ਼ਰੂਰ ਪਹੁੰਚਣਾ। ਇੱਥੇ ਜਿਹੜੀ ਅਪੀਲ ਕੀਤੀ ਗਈ ਹੈ ਜਥੇਦਾਰ ਸਾਹਿਬ ਵੱਲੋਂ, ਉਹਨਾਂ ਉਸ ਅਪੀਲ ਦੇ ਆਧਾਰ 'ਤੇ ਤੁਹਾਨੂੰ ਸੰਗਤ ਨੂੰ ਸਾਡੀ ਅਪੀਲ ਹੈ ਕਿ ਤੁਸੀਂ ਜ਼ਰੂਰ ਪਹੁੰਚਿਓ ਇੱਥੇ, ਅਤੇ ਉਸ ਤੋਂ ਬਾਅਦ ਜਿੰਨਾ ਹੋ ਸਕੇ ਇਸ ਮਾਰਚ ਨੂੰ ਅਸੀਂ ਸੰਭਵ ਪੂਰਾ ਕੰਪਲੀਟ ਕਰਨਾ। ਅਤੇ ਬੇਨਤੀ ਕਰਦੇ ਹਾਂ ਕਿ ਇਹ ਮਾਰਚ ਇੱਕ ਐਜ਼ ਆ 26 ਜਨਵਰੀ ਤਰ੍ਹਾਂ ਦੁਬਾਰਾ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਅਸੀਂ, ਤਾਂ ਕਿ ਜਿੰਨਾ ਸ਼ਾਂਤੀਪੂਰਨ ਇਹ ਮਾਰਚ ਰਹੂਗਾ ਦੁਬਾਰਾ ਫਿਰ ਐਗਜ਼ਾਮਪਲ ਸੈੱਟ ਹੋਊਗੀ ਜਿੱਦਾਂ 26 ਜਨਵਰੀ। ਧਾਲੀਵਾਲ ਸਾਹਿਬ, ਇਕੱਤਰਤਾ ਕੀ ਹੈ, ਲੋਕ ਸੰਗਤ ਜਿੰਨੇ ਵੀ ਆਉਣਗੇ ਕਿੱਥੇ ਗੱਡੀਆਂ ਖੜਾਉਣੀਆਂ ਨੇ, ਕਿੱਥੇ ਸਾਰਾ ਕੁਛ, ਇਹ ਪ੍ਰਬੰਧ ਕੋਈ ਕੀਤਾ ਗਿਆ, ਲੰਗਰ ਪਾਣੀ ਦਾ ਕੋਈ ਪ੍ਰਬੰਧ, ਜਾਂ ਫਿਰ ਅੱਗੇ ਅੱਗੇ ਜਿਵੇਂ ਕੋਈ ਸੰਪਰਦਾਵਾਂ ਦੇ ਕੋਈ ਗੁਰਦੁਆਰੇ ਨੇ ਉੱਥੇ ਤਿਆਰ ਹੋਏਗਾ? ਦੇਖੋ, ਲੰਗਰ ਪ੍ਰਬੰਧ ਜਿਹੜਾ ਲੰਗਰ ਆ ਦਾ ਪਾਣੀ ਦਾ ਜਾਂ ਹੋਰ ਜਿਹੜੇ ਲੰਗਰ ਲੱਗਣੇ ਆ ਉਹ ਪ੍ਰਬੰਧ ਸਾਡੀ ਗੱਲਬਾਤ ਹੋ ਚੁੱਕੀ ਆ। ਉਹ ਰਾਤ ਨੂੰ ਅਸੀਂ ਮੀਟਿੰਗ ਹੈਗੀ, ਉਹਨਾਂ ਨੂੰ ਪਲੇਸਿਸ ਦੇ ਦਾਂਗੇ ਜਿੱਥੇ ਜਿੱਥੇ ਲੱਗੂਗੇ ਉਸ ਦਾ ਹਿਸਾਬ ਨਾਲ, ਜਿਹੜੇ ਰੂਟ ਦੇ ਹਿਸਾਬ, ਜਦੋਂ ਰੂਟ ਸਾਡੇ ਕੋਲ ਹੁਣੇ ਪਹੁੰਚਿਆ, ਇਸ ਤੋਂ ਬਾਅਦ ਹੁਣ ਮੀਟਿੰਗ ਉਹਨਾਂ ਨਾਲ ਹੀ ਹੈ ਇਸ ਤੋਂ ਬਾਅਦ। ਸੋ ਅਸੀਂ ਜਿੰਨੇ ਮਤਲਬ ਗੈਪ ਦੇ ਹਿਸਾਬ ਨਾਲ ਦੇਖਾਂਗੇ ਕਿੱਥੇ ਕਿੱਥੇ ਉਹਨਾਂ ਨੂੰ ਰੱਖਿਆ ਜਾਣਾ ਔਰ ਕਿਹੜੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕਰਨਾ। ਇਹਦਾ ਅੰਤ ਮੋਰਚੇ ਦੇ ਵਿੱਚ ਹੋਏਗਾ, ਕਿੱਥੋਂ ਹੋ ਕੇ ਕਿੱਥੋਂ? ਨਹੀਂ, ਅੰਤ ਮੋਰਚੇ ਵਿੱਚ ਹੀ ਹੋਈ, ਸ਼ੁਰੂ ਵੀ ਮੋਰਚੇ ਵਿੱਚ ਹੋਊਗਾ ਔਰ ਅੰਤ ਵੀ ਮੋਰਚੇ ਵਿੱਚ। ਇਹਦੇ ਵਿੱਚ ਮੈਂ ਇੱਕ ਸਭ ਤੋਂ ਇੰਪੋਰਟੈਂਟ ਦੱਸ ਸਕਾਂ ਕਿ ਸਭ ਤੋਂ ਪਹਿਲਾਂ ਜਿਹੜੀ ਅਗਵਾਈ ਕਰਨਗੇ ਉਹ 5 ਪਿਆਰੇ ਕਰਨਗੇ ਜੀ, ਫਿਰ ਸੰਤ ਸਮਾਜ ਤੋਂ ਵਿੱਚੋਂ ਉਸ ਤੋਂ ਪਿੱਛੇ ਹੋਣਗੇ, ਫਿਰ ਕੌਮੀ ਇਨਸਾਫ ਦੇ ਮੋਰਚੇ ਦੇ ਜਿਹੜੇ ਪ੍ਰਬੰਧਕ ਨੇ ਉਹ, ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਸੰਗਤ ਹੌਲੀ ਹੌਲੀ ਜਿਵੇਂ ਆ, ਪਹਿਲਾਂ ਪੈਦਲ ਵਾਲੀ ਆ, ਫਿਰ ਗੱਡੀਆਂ ਆ, ਉਸ ਤੋਂ ਬਾਅਦ ਟਰਾਲੀ ਟਰੈਕਟਰ ਨੇ, ਠੀਕ ਹੈ ਜੀ। ਐਵੇਂ ਹੀ ਇਹ ਸੰਗਤ ਰੂਟ ਰਾਹੀਂ ਚੱਲੂਗੀ ਔਰ ਇਹ ਸੰਗਤ ਨੂੰ ਅਪੀਲ ਹੈ ਕਿ ਪਲੀਜ਼ ਤੁਸੀਂ ਸਾਰੇ ਜਾਣੇ ਡਿਸਿਪਲਿਨ 'ਚ ਰਹੋ, ਡਿਸਿਪਲਿਨ ਜ਼ਰੂਰੀ ਹੈ ਤਾਂ ਕਿ ਇਹ ਜਿਹੜਾ ਸ਼ਾਂਤੀਪੂਰਨ ਮਾਰਚ ਜਿਹੜਾ ਪੂਰਾ ਕੰਪਲੀਟ ਹੋ ਸਕੇ ਔਰ ਦੁਬਾਰਾ ਐਗਜ਼ਾਮਪਲ ਸੈੱਟ ਹੋ ਸਕੇ। ਠੀਕ ਹੈ।